ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਨਦੀਪ ਕੌਰ, ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜ੍ਹਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ? ਉਮੀਦ ਕਰਦੇ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਅਤੇ ਆਪਾਂ ਜਿਹੜੀ ਆਹ ਵਾਲਾ ਸੂਟ ਦੀ ਸਟੀਚਿੰਗ ਕਰਵਾਈ ਸੀ, ਤੁਹਾਨੂੰ ਦਿਖਾਇਆ ਵੀ ਸੀ, ਮੈਂ ਅੱਜ ਰਿਪੇਅਰ ਕਰ ਲਏ। ਅਤੇ ਆਪਾਂ ਚੱਲੇ ਜੀ ਅੱਜ ਘੁੰਮਣ। ਆਹ ਦੇਖ ਲਓ, ਸਭ ਤੋਂ ਪਹਿਲਾਂ ਇੱਦਾਂ ਤਿਆਰ ਹੋ ਕੇ ਗੱਡੀ 'ਤੇ ਪਾਣੀ ਵੱਜ ਰਿਹਾ। ਚਲੋ ਬਸ ਬਸ, ਬਹੁਤ ਵੱਜ ਲਿਆ ਪਾਣੀ ਤਾਂ, ਬੰਦ ਕਰ ਦਿਓ। ਮੈਨੂੰ ਸਿਰ ਧੋਇਆ ਸੀਗਾ, ਸਿਰ ਮੇਰਾ ਸੁੱਕਿਆ ਨਹੀਂ, ਬਸ ਮੈਂ ਇਹੀ ਇਹਦੇ ਵਿੱਚ ਟੂਚਰ ਪਾ ਲਿਆ। ਗਰਮੀ ਬਾਹਲੀ ਹੈ ਬਾਈ, ਬਹੁਤ ਗਰਮੀ ਹੋ ਗਈ, ਤਿਆਰ ਹੋਣੀ 'ਚ ਇੰਨੀ ਗਰਮੀ ਚੜ੍ਹ ਗਈ। ਮੰਮੀ ਮੈਂ ਤਾਂ ਸੁਣ ਲਾ, ਆਪਣਾ ਕੁੱਪ ਬੰਨ ਹੋ ਰਿਹਾ। ਪਾਪਾ ਲੱਗਿਆ ਕਹਿਣਾ ਕਹਿਣਾ ਕੁੱਪ ਨਹੀਂ ਤੋੜਿਆ, ਕਹਾਂ ਬੰਦਾ ਲਿਆ ਇੱਕ ਸ਼ੰਕਰਪੁਰ ਲੋਰਾਂ ਵਾਲੇ। ਠੀਕ ਹੈ ਠੀਕ ਹੈ। ਇੱਕ ਵਾਰ 30 ਕਿੱਲੇ ਦੇ ਉਸਕੀ ਤੂੜੀ ਬਣਾ ਮੈਂ ਦੇ ਤੂੜੀ ਆਲੇ ਵਾਲੇ ਰੂਟਾਵੀਟਰ ਮਾਰ ਮਰੁੱਤੀ ਗੱਡੀ ਦੀ ਟੈਂਕੀ ਕਿੱਥੇ ਉਹ ਦੇ ਸਾਹਮਣੇ ਕਰਕੇ ਪਰ ਮਰੁੱਤੀ ਗੱਡੀ ਮਰੁੱਤੀ ਹਾਂ ਸੱਚੀ ਹੈ ਨਾ ਪੱਥਰ ਦੀ ਟੈਂਕੀ ਹੋਣੀ ਆ ਉਹ ਲੱਗਦਾ ਹੈ ਰੇਤਰ ਸੱਚੀ ਹੈ ਆਪਾਂ ਦਾ ਰਿਕਾਰਡ ਮਰ ਗਿਆ ਮੇਰੇ ਹੈ ਕਿ ਇਧਰ ਤੇ ਆਇਆ ਹੋਣਾ, ਲੰਘਿਆ ਹੋਣਾ ਟੁੱਟ ਗਈ ਉੱਪਰ ਤੇ ਆਹ ਮਤਲਬ ਕਿ ਜਿਹੜਾ ਉਹ ਨਾਲਾ ਹੁੰਦਾ ਹੈ ਲੋ ਜੀ ਇਹ ਹੈ ਆਕੜ ਪਿੰਡ ਦਾ ਗੁਰਦੁਆਰਾ ਸਾਹਿਬ ਨਿੰਮ ਸਾਹਿਬ ਉਹ ਦੇਖੀ ਆ ਦੇਖ ਕਿੱਥੇ ਕੁੱਤੇ ਕੋਲ ਬੈਠ ਗਏ ਆ ਕੇ ਸਾਰੇ ਕਿਤੇ ਕੁੱਤੇ ਪਿਆਰੇ ਲੱਗੇ ਊਧਮ ਮੱਥਾ ਟੇਕਣ ਆਏ ਅੰਦਰ ਜਾ ਕੇ ਊਧਮ ਹਰੇਕ ਕੁੱਤੇ ਨੂੰ ਹੱਥ ਨਹੀਂ ਲਾਏ ਕਰਦੇ ਹੈ ਚੱਲ ਮੈਂ ਤਾਂ ਸੋਚਿਆ ਕਿ ਦਾਦੀ ਭੂਆ ਨਾਲ ਲੰਘ ਗਿਆ ਚੱਲ 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 ਪਾਤਸ਼ਾਹੀ ਨੌਵੀਂ ਕਿਹੜੀ ਅੰਜੀਰ ਆਹ ਅੰਜੀਰ ਦੇਖਾਂ ਕਿਸ ਤਰ੍ਹਾਂ ਦੀ ਹੋਊਗੀ ਅੰਜੀਰ ਨੀ ਹੈਗੀ ਆਹ ਜਿਹੜੀਆਂ ਉਹ ਤਿੱਖੀਆਂ ਗੋਲ ਗੋਲ ਜਿਹੀਆਂ ਹੁੰਦੀਆਂ ਹਾਂ 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 ਆ ਹੈਗੀਆਂ ਬੱਬੂ ਬੱਛੇ ਜਾਂ ਫਿਰ ਨਾਖਾਂ ਏ ਨਹੀਂ ਨਾਖਾਂ ਏ ਹੈ ਲੈ ਇਹਦੇ ਪਹਿਲਾਂ ਬਾਹਰ ਨੂੰ ਚੱਲ ਪਏ ਦੇਖੀ ਲੈ
ਲੋ ਜੀ ਰਿਸ਼ਤੇਦਾਰਾਂ ਨੂੰ ਸਾਡਾ ਪਤਾ ਨਹੀਂ ਲੱਗਿਆ ਸਾਨੂੰ ਦਰਖਤ ਦਰੁਖਤ ਸਾਰਾ ਕੁਛ ਦੇਖਣ ਲੱਗ ਗਏ ਆਪਣੇ ਆਪ ਨਾਲ ਤਾਂ ਪੜੇ ਆ ਆੜੂ ਦਾ ਬੂਟਾ ਹੋਰ ਲਾਉਂਗੇ ਲਿਆਂਦੇ ਆਪਣੇ ਆੜੂ ਕਾਮਯਾਬ ਆ ਦੇਖੋ ਔਲਾ ਔਲੇ ਕੇ ਵੀ ਦੋ ਹੈ ਫਿਰ ਤਾਂ ਹੀ ਹੋ ਰਹੇ ਨਾ ਕਿ ਜੋੜੇ ਜੋੜੇ ਲਾਏ ਹੋਏ ਹੈ ਆਪਾਂ ਵੀ ਹਾਂ ਫਰਕ ਹੁੰਦਾ ਹੈ ਜੋੜੇ ਜੋੜੇ ਲਾਓ ਇੱਕ ਹੋਰ ਆ ਦੇਖੋ ਇੱਧਰ ਦੇਖੋ ਆ ਦੇਖੋ ਕਿੰਨਾ ਭਰਿਆ ਪਿਆ ਦੇਖੋ ਲਾਲ ਲਾਲ ਆੜੂ ਕਿੰਨੇ ਸੋਹਣੇ ਦਿਖ ਰਹੇ ਉਹਦਾ ਨਾਲ ਇਹ ਹਾਂ ਦੋ ਦੋ ਉਹ ਗਿਰ ਗਿਆ ਹੇਠ ਪੱਕਾ ਨੀਚੇ ਗਿਰੇ ਆਲੇ ਫੁੱਲ ਤਾਂ ਮੈਂ ਲਾਣ ਕੇ ਬਹੁਤ ਉਹ ਕਰਦੀ ਮੈਨੂੰ ਬਹੁਤ ਸੋਹਣੇ ਲੱਗਦੇ ਆ ਤਾਂ ਲੋ ਜੀ ਸਾਡੇ ਨਾਨਕਿਆਂ ਦੇ ਫੁੱਲ ਲਾਏ ਹੋਏ ਨੇ
ਸੜੇ ਪਾਪਾ ਜੀ ਦੇ ਨਾਨਕੇ ਲੋ ਜੀ ਆਪਾਂ ਆਏ ਸੀਗੇ ਆਪਣੇ ਪਾਪਾ ਜੀ ਦੇ ਨਾਨਕੇ ਹਨਾ ਤੇ ਇਹਨਾਂ ਨੇ ਦੇਖੋ ਫੁੱਲਾਂ ਦੀ ਖੇਤੀ ਕਰੀ ਹੋਈ ਹੈ ਇਹ ਕਹਿੰਦੇ ਵੀ ਅਸੀਂ ਨਾ ਜੀਰੀ ਵੱਢ ਕੇ ਇੱਥੇ ਨਾ ਫੁੱਲਾਂ ਦੀ ਖੇਤੀ ਕਰਦੇ ਹਾਂ ਇੱਕ ਇਹ ਵਾਲਾ ਕਿਆਰਾ ਤੇ ਇੱਕ ਇਹਨਾਂ ਨੇ ਘਰ ਦੇ ਬੀਜ ਲਿਆਉਂਦੇ ਨੇ ਕਿਵੇਂ ਇਹ ਪਨੀਰ ਲਾਉਂਦੇ ਹੈ ਨਾ ਇਹ ਸਾਰਾ ਕੁਛ ਪੁੱਛ ਕੇ ਫਿਰ ਦੇਖਦੇ ਵੀ ਆਪਾਂ ਵੀ ਲਾਵਾਂਗੇ ਹੈ ਨਾ ਆਹ ਦੇਖੋ ਤੁਹਾਨੂੰ ਦੂਰ ਦੂਰ ਤੱਕ ਦਿਖ ਰਿਹਾ ਹੁਣ ਵੀ ਇਹ ਜਿਹੜੇ ਫੁੱਲ ਲਾਏ ਹੋਏ ਨੇ ਨਾ ਖੇਤਾਂ ਦੇ ਵਿੱਚ ਇਹਨਾਂ ਨੂੰ ਫਿਰ ਇਹ ਤੋੜ ਵੀ ਲੈਂਦੇ ਹੈ ਕਿਵੇਂ ਦੀਦੀ ਤੋੜਦੇ ਹੈ ਝਾੜਦੇ ਇੱਦਾਂ ਹੀ ਇਹ ਜਿਵੇਂ ਰੂਹ ਨਹੀਂ ਹੁੰਦੀ ਰੂਹ ਵਾਂਗੂ ਝੜ ਜਾਂਦੇ ਆ ਫਿਰ ਨੀਚੋਂ ਇਕੱਠੇ ਕਰ ਲੈਂਦੇ ਆ ਅੱਛਾ ਨੀਚੋਂ ਇਕੱਠੇ ਝਾੜੂ ਮਾਰ ਕੇ ਇਕੱਠੇ ਕਰ ਲੈਂਦੇ ਜਿਵੇਂ ਆਪਣੀ ਕਪਾਹ ਖਿਲਦੀ ਹੁੰਦੀ ਹੈ ਨਾ ਇਹਨਾਂ ਦਾ ਬੀਜ ਹੈ ਹਵਾ ਚੱਲ ਰਿਹਾ ਇੱਕ ਤਾਂ ਉੱਡ ਗਿਆ ਕਪਾਹ ਜੀ ਵਾਂਗੂ ਇਹਨਾਂ ਦਾ ਬੀਜ ਤੁਹਾਨੂੰ ਨੇੜੇ ਤੋਂ ਕਰਕੇ ਦਿਖਾਉਂਗੀ ਕਹਿੰਦੇ ਫਿਰ ਇਹਨੂੰ ਝਾੜੂ ਨਾਲ ਇਹਨਾਂ ਨੇ ਇਕੱਠਾ ਕਰ ਲੈਣਾ ਵਿੱਚ ਵਿੱਚ ਮੈਨੂੰ ਲੱਗਦਾ ਵੀ ਜੰਮ ਵੀ ਰਿਹਾ ਹੈ ਦੇਖੋ ਕਾਫੀ ਜ਼ਿਆਦਾ ਬੂਟੇ ਵਿੱਚ ਜੰਮ ਰਹੇ ਹੈ ਜਿਵੇਂ ਜਿਹੜਾ ਬੀਜ ਡਿੱਗ ਜਾਂਦਾ ਹੈ ਅਤੇ ਹੁਣ ਦੂਜੇ ਪਾਸੇ ਵੀ ਦਿਖਾਵਾਂਗੇ ਇੱਕ ਇਹਨਾਂ ਨੇ ਖੇਤ ਵਾਹਤਾ ਕਹਿੰਦੇ ਅਸੀਂ ਉਹਦਾ ਵੀ ਬੀਜ ਵਗੈਰਾ ਕੱਢ ਲਿਆ ਅਤੇ ਉਹ ਇਹਨਾਂ ਨੇ ਆਪਣਾ ਖੇਤ ਵਾਹ ਕੇ ਹੁਣ ਕੁਛ ਹੋਰ ਲਾ ਲੈਣਗੇ ਇੱਧਰ ਲਾਈ ਹੋਈ ਇਹਨਾਂ ਦੀ ਮੱਕੀ ਆਹ ਜੰਮ ਵੀ ਰਿਹਾ ਆ ਦੇਖੋ ਆਹ ਕਪਾਹ ਵਾਂਗੂ ਜਿਹੜਾ ਇਹਨਾਂ ਦਾ ਬੀਜ ਹੈ ਇਹਨਾਂ ਨੂੰ ਇਹਨਾਂ ਨੇ ਕੰਪਨੀ ਵਾਲਿਆਂ ਨੂੰ ਦੇ ਦੇਣਾ ਫਿਰ ਆਹ ਦੇਖੋ ਨੀਚੇ ਮੇਲੇ ਦਾ ਬੂਟੇ ਜੰਮ ਵੀ ਰਹੇ ਨੇ ਆਹ ਦੇਖੋ ਬੂਟੇ ਜੰਮ ਰਹੇ ਨੇ ਨੀਚੇ ਪਰ ਇਹ ਮੇਲਾ ਤਾਂ ਹੁਣ ਤਾਂ ਕਿਸੇ ਕੰਮ ਨਹੀਂ ਆਉਣਗੇ ਆਹ ਇਹਨਾਂ ਨੇ ਝਾੜੂ ਮਾਰ ਕੇ ਸਾਰਾ ਬੀਜ ਜਿਹੜਾ ਇਕੱਠਾ ਕਰ ਦੇਣਾ ਦੇਖੋ ਇੱਕ ਤਰ੍ਹਾਂ ਦੇ ਫੁੱਲ ਨਹੀਂ ਹੈਗੇ ਬਹੁਤ ਤਰ੍ਹਾਂ ਦੇ ਫੁੱਲ ਨੇ ਜਿਵੇਂ ਇਹਦਾ ਕਲਰ ਹੋਰ ਹੈ ਇਹਦਾ ਕਲਰ ਹੋਰ ਹੈ ਅਤੇ ਇਹਦਾ ਕਲਰ ਹੋਰ ਹੈ ਨਾ ਵਿੱਚ ਆਹ ਦੇਖੋ ਤੁਸੀਂ ਆਹ ਦੋ ਕਲਰ ਨਾਲ ਡਬਲ ਸ਼ੇਡ ਆ ਗਈ ਇਹਦੀ ਜਿਵੇਂ ਅਤੇ ਆਹ ਆ ਗਏ ਇਹਦੇ ਆਹ ਦੇਖੋ ਪਿੰਕ ਜੀ ਰੈੱਡ ਜੀ ਸ਼ੇਡ ਆ ਗਈ ਇੱਦਾਂ ਹੀ ਹੈ ਨਾ ਕਾਫੀ ਰੰਗਾਂ ਦੇ ਫੁੱਲ ਨੇ ਅਤੇ ਬੀਜ ਇਹਨਾਂ ਦਾ ਜਿਹੜਾ ਕਾਫੀ ਜ਼ਿਆਦਾ ਨੀਚੇ ਡਿੱਗਿਆ ਹੋਇਆ ਦੇਖੋ ਇਹਨਾਂ ਨੇ ਝਾੜੂ ਮਾਰ ਕੇ ਕਹਿੰਦਾ ਅਸੀਂ ਇਕੱਠਾ ਕਰ ਲੈਣਾ ਵੀ ਜਿਵੇਂ ਜਿਵੇਂ ਇਹ ਫੁੱਲ ਖਿਲ ਜਾਣਗੇ ਅਸੀਂ ਥੋੜ੍ਹੇ ਜਿਹੇ ਆਏ ਲੇਟ ਹੈ ਨਹੀਂ ਤਾਂ ਸਰਦੀਆਂ ਦੇ ਵਿੱਚ ਇਹ ਹੋਰ ਵੀ ਵਾਧੂ ਖਿਲੇ ਹੁੰਦੇ ਨੇ ਫੁੱਲ ਇਹੋ ਜਿਹੇ ਫੁੱਲਾਂ ਵਾਲੀ ਕਿਆਰੀਆਂ ਦੇ ਵਿੱਚ ਨਾ ਘੁੰਮਣ ਨੂੰ ਦਿਲ ਕਰੀ ਜਾਂਦਾ ਵੀ ਬਸ ਇਹ ਕਿਆਰੀਆਂ 'ਚੋਂ ਬਾਹਰ ਨਾ ਨਿਕਲੋ ਹੈ ਨਾ ਖਾਸ ਕਰਕੇ ਮੈਨੂੰ ਤਾਂ ਫੁੱਲਾਂ ਦਾ ਲਾਉਣ ਦਾ ਬਹੁਤ ਜ਼ਿਆਦਾ ਚਾਅ ਹੈ ਹੈ ਨਾ ਅਸੀਂ ਸਪੈਸ਼ਲ ਇਹਨਾਂ ਤੋਂ ਪੁੱਛਣਾ ਹੈ ਵੀ ਕਿੱਦਾਂ ਹੈ ਨਾ ਕੀ ਪ੍ਰੋਸੈਸ ਹੈ ਫਿਰ ਦੇਖਾਂਗੇ ਵੀ ਆਪਾਂ ਵੀ ਕਰਕੇ ਦੇਖਾਂਗੇ ਹੈ ਨਾ ਆਹ ਦੇਖੋ ਜਿਵੇਂ ਆਹ ਕਲਰ ਹੋਰ ਹੈ ਖੇਤ ਵਿੱਚ ਵੀ ਇਹਨਾਂ ਦੇ ਵਿੱਚ ਫੁੱਲ ਸੀਗੇ ਮਤਲਬ ਕਿ ਇਹਨਾਂ ਨੇ ਕਾਫੀ ਜ਼ਿਆਦਾ ਲਾਏ ਹੋਏ ਸੀਗੇ ਫੁੱਲ ਕਹਿੰਦੇ ਵੀ ਮੁਨਾਫਾ ਵਧੀਆ ਹੁੰਦਾ ਹੈ ਆਹ ਇਹਨਾਂ ਨੇ ਖੇਤ ਵਾਹਤਾ ਅਤੇ ਉਹ ਮੱਕੀ ਤੁਸੀਂ ਦੇਖੀ ਉਹਨਾਂ ਦੇ ਬੈਂਗਣ ਵੀ ਲਾਏ ਹੋਏ ਨੇ ਬੱਟਾਂ 'ਤੇ ਇਹ ਵਾਲੇ ਖੇਤ ਵਿੱਚ ਨਾ ਇਹਨਾਂ ਨੇ ਪਿਆਜ਼ ਵੀ ਲਾਏ ਸੀਗੇ ਫੁੱਲਾਂ ਦੇ ਵਿੱਚ ਵਿੱਚ ਪਿਆਜ਼ ਲਾਤੇ ਸੀਗੇ ਕਹਿੰਦੇ ਕੱਲ੍ਹ ਪਿਆਜ਼ ਪੱਟ ਕੇ ਹਟੇ ਆ ਹਜੇ ਆਹ ਦੇਖੋ ਇੱਧਰ ਆਹ ਵਾਲੇ ਫੁੱਲ ਲਾਏ ਹੋਏ ਨੇ ਆਹ ਦੇਖੋ ਇਹਨੂੰ ਕਹਿੰਦੇ ਸਰ੍ਹੋਂ ਦੀ ਤਰ੍ਹਾਂ ਵੱਢ ਲੈਣਾ ਇਹਨਾਂ ਨੇ ਜਿਵੇਂ ਸਰ੍ਹੋਂ ਵੱਢੀ ਦੀ ਹੁੰਦੀ ਹੈ ਸਰ੍ਹੋਂ ਵਾਂਗੂ ਵੱਢ ਕੇ ਫਿਰ ਇਹਨੂੰ ਝਾੜ ਲੈਣਗੇ ਇਹਦਾ ਬੀਜ ਜਿਹਨੂੰ ਤੋੜ ਜਿਹਨੂੰ ਖਾਣੇ ਆ ਆਪਣੇ ਤੋੜ ਕੇ ਖਾਈ ਜਾਂਦੇ ਸੱਟ ਵੱਜ ਕੇ ਖਰਾਬ ਹੋ ਜਾ ਤੋੜ ਦੋ
ਉਦਮ ਨੂੰ ਕੁਛ ਨੀ ਕਿਹਾ ਹੈਗਾ, ਉਦਮ ਸਿਰਮਾ ਵੀ ਹੱਥ ਫੇਰਿਆ ਆ। ਹਰੂਨ ਜੀ ਜਿਹੜੀ ਆ ਚੜ ਚੜ ਕੇ ਨੀਚੇ ਦੇ ਬਸ ਹੁਣ ਇਕੱਠੀ ਕਰ ਲੈਣੀ ਹੈ, ਓਲੀਆਂ ਪਰ ਲਾਏ ਵੇ ਹਾਂ, ਨੀਚੇ ਪਾਣੀ ਛੱਡ ਦੇਣਾ। ਲੋ ਜੀ ਆਪਾਂ ਆਏ ਸੀਗੇ ਹਨਾ ਪਾਪਾ ਜੀ ਦੇ ਨਾਨਕੇ ਮੇਲੇ ਗਿੱਲੇ ਤੇ ਹੁਣ ਚੱਲੀਏ ਘਰ ਨੂੰ। ਮਿੱਟੀ ਅਹੀ ਜੀ ਉਹਦੀ ਵੇਸ ਲਈ ਜੀ ਮਿੱਟੀ ਕੰਮ ਕੇ ਆ ਤਾਂ ਹੀ ਇਧਰ ਬਸ ਲਵਾ ਆ ਦੇਖੀ ਜਮਾ ਕਾਲੀ ਪਈ ਹੈ ਪਾਣੀ ਲਾਈ ਵੀ ਕਹੀ ਕਾਲੀ ਲੱਗ ਰਹੀ ਜੀ ਟਿੱਕਾ ਬੋਦਾ ਇਧਰ ਜ਼ਮੀਨ ਦਾ 10,000 ਨੂੰ ਟਿੱਕਾ। ਲੋ ਜੀ ਆਪਾਂ ਆ ਗਏ ਘਰੇ ਮੇਰੀ ਮੰਮੀ ਦੇ ਨਾਨਕੇ ਮਤਲਬ ਕਿ ਇੱਧਰ ਵਾਲੀ ਮੰਮੀ ਦੇ ਨਾਨਕੇ ਵੀ ਜਾਏ, ਇੱਧਰ ਵਾਲੇ ਪਾਪਾ ਜੀ ਦੇ ਨਾਨਕੇ ਵੀ ਜਾਏ ਤੇ ਉੱਧਰ ਮੇਰੇ ਪੇਕਿਆਂ ਵਾਲੇ ਪਾਪਾ ਜੀ ਦੇ ਨਾਨਕੇ, ਸਿਰਫ ਮੰਮੀ ਦੇ ਨਾਨਕੇ ਰਹਿ ਗਏ। ਮੰਮੀ ਦੇ ਨਾਨਕੇ ਹੈਗੇ ਨੇ ਮੇਰੀ ਦੇ ਮੰਡਿਆਣੇ, ਕਿਸੇ ਦਿਨ ਆਪਾਂ ਉੱਥੇ ਵੀ ਜਾਵਾਂਗੇ ਹਨਾ। ਨਾਨਕੇ ਤਾਂ ਜਾਏ ਹਨਾ, ਚਲੋ ਵਧੀਆ ਸਾਰਾ ਕੁਛ ਰਿਹਾ, ਸ਼ਾਮ ਜੀ ਨੂੰ ਆਏ ਹਨਾ ਆਪਾਂ। ਪਰ ਨਾ ਮੇਰੀ ਗਰਦਨ ਹੈ ਨਾ, ਹੋ ਵਾਹਿਗੁਰੂ ਵਾਹਿਗੁਰੂ, ਗੱਡੀ 'ਚ ਬੈਠੇ ਬੈਠੇ ਵੀ ਗਰਦਨ ਇੰਨੀ ਦੁਖੀ, ਹੁਣ ਵੀ ਐਂ ਨਾ ਐਂ ਨਹੀਂ ਹੁੰਦੀ ਹੈਗੀ, ਇੱਧਰ ਨੂੰ ਤਾਂ ਹਲਕੀ ਜਿਹੀ ਮੁੜ ਜਾਂਦੀ, ਇੱਥੋਂ ਬਹੁਤ ਜ਼ਿਆਦਾ ਗਰਦਨ ਦੁਖ ਰਹੀ ਹੈ। ਕਈ ਕਹਿੰਦੇ ਮੈਨੂੰ ਵੀ ਤੈਨੂੰ ਸਰਵਾਈਕਲ ਆ, ਤੁਸੀਂ ਦੱਸਿਓ ਵੀ ਕੀ ਬਣ ਰਿਹਾ ਕੀ ਨਹੀਂ, ਗਰਦਨ ਦੇ ਨਾਲ ਨਾ ਢੂਹੀ ਦੀ ਰੀੜ੍ਹ ਦੀ ਹੱਡੀ ਵੀ ਦੁਖਦੀ ਹੈ। ਚਲੋ ਜੀ ਸ਼ਾਮ ਦਾ ਟਾਈਮ ਹੋ ਗਿਆ, ਹਵਾ ਜਿਹੜੀ ਬਹੁਤ ਠੰਡੀ ਚੱਲ ਰਹੀ ਹੈ ਨਾ। ਆੜੂ ਆਪਾਂ ਲਿਆਉਂਦੇ ਅਤੇ ਅੰਬੀਆਂ ਦੀ ਆਪਾਂ ਕੁੱਟਾਂਗੇ ਚਟਨੀ, ਆਪਣੇ ਤਾਂ ਬਸ ਗਿਣਵੇਂ ਚੁਣਵੇਂ ਜੇ ਆੜੂ ਰਹਿ ਗਏ ਥੋੜ੍ਹੇ ਜਿਹੇ। ਚਲੋ ਜੀ ਫਰੈਂਡਸ, ਇਹਦਾ ਸੀਗੀ ਆਪਣੀ ਅੱਜ ਦੀ ਵੀਡੀਓ। ਸੋ ਫਰੈਂਡਸ ਉਮੀਦ ਕਰਦੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਮੈਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ, ਅਤੇ ਜੇ ਤੁਸੀਂ ਮੇਰੇ ਚੈਨਲ ਦੇ ਨਵੇਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਚਲੋ ਜੀ ਮਿਲਾਂਗੇ ਜੀ ਆਪਾਂ ਤੁਹਾਨੂੰ ਨੈਕਸਟ ਵਲੌਗ ਨਾਲ, ਤੱਕ ਲਈ ਸਾਰਿਆਂ ਨੂੰ ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ।